ਪ੍ਰੀਤ ਸਿਆ ਕੋਈ ਅਕਲ ਨੂੰ ਹੱਥ ਮਾਰ, ਤੂੰ ਮੇਰੀਆਂ ਲੱਤਾਂ ਖਿੱਚਣਾ ਹੈ, ਤੂੰ ਮੈਨੂੰ ਮਾੜਾ ਚੰਗਾ ਬੋਲਣਾ ਹੈ। ਗੱਲ ਸੁਣ ਲਾ, ਤੇਰੇ ਕੋਲ ਅਸੀਂ ਰਹਿ ਕੇ ਗਏ 2 ਰਾਤਾਂ, ਤੇਰਾ ਖਾਧਾ ਲੂਣ, ਅਸੀਂ ਤੇਰੀ ਇੱਜ਼ਤ ਕਰਨੇ ਆ, ਜੇ ਤੂੰ ਨਾ ਨਾ ਹਟਿਆ ਸਾਡੇ ਤੋਂ ਉਲਟ ਬੋਲਣੋ ਤੇ ਤੇਰੀ ਮੈਂ ਮੰਜੀ ਠੋਕਾਂਗਾ ਪੂਰੀ ਟਿਕਾ ਕੇ। ਜਿਹੜਾ ਬਾਜੇ ਕੇ ਵਾਲਾ ਇੱਕ ਆ ਬਾਂਦਰ ਜਾ ਜਿਹੜਾ ਬੋਲਦਾ ਊਟ ਪਟਾਂਗ, ਤੂੰ ਗੱਲਾਂ ਕਰਦਾ ਕਿ ਮੈਂ ਚੰਡੀਗੜ੍ਹ ਆ ਕੇ ਤੇਰੇ ਨਾਲ ਟਾਈਮ ਬੰਨੂਗਾ, ਜਿੱਥੇ ਮਰਜ਼ੀ ਟਾਈਮ ਬੰਨ ਲਈ ਤੇ ਸਾਨੂੰ ਕੋਈ ਪਰਵਾਹ ਨਹੀਂ। ਤੇ ਟਾਈਮ ਦਾ ਬਾਈ ਤੈਨੂੰ ਵੀ ਪਤਾ ਕਿੱਥੇ ਰਹਿੰਦੇ ਆ, ਸਾਰਿਆਂ ਨੂੰ ਪਤਾ, ਠੀਕ ਆ, ਜਿੱਥੇ ਵੀ ਰਹਿੰਦੇ ਆ ਸਾਰਿਆਂ ਨੂੰ ਪਤਾ ਕਿੱਥੇ ਰਹਿੰਦੇ ਆ ਆਪਾਂ, ਕੋਈ ਲੋਕ ਕੇ ਨਹੀਂ ਰਹਿੰਦੇ ਵੀ ਹਾਂ ਵੀ ਅਸੀਂ ਜੀ ਇੱਥੇ ਰਹਿੰਦੇ ਹਾਂ ਜਾਂ ਉੱਥੇ ਰਹਿੰਦੇ ਹਾਂ, ਕਿਸੇ ਨੂੰ ਝੂਠ ਪਤਾਣ ਬੋਲ ਕੇ ਨਹੀਂ ਅਸੀਂ ਰਹਿੰਦੇ, ਜਿੱਥੇ ਰਹਿੰਦੇ ਹਾਂ ਸਾਰਿਆਂ ਨੂੰ ਪਤਾ, ਅੱਜ ਪਿੰਡ ਫਿਰਦੇ ਹਾਂ ਕੱਲ ਪਰਸ ਨੂੰ ਚਲੇ ਜਾਣਾ ਚੰਡੀਗੜ੍ਹ। ਜੇ ਚੰਡੀਗੜ੍ਹ ਬਹਿ ਕੇ ਰੋਟੀਆਂ 4 ਖਾਣ ਨੂੰ ਮਿਲੀਆਂ ਹੀ ਜਾਂਦੀਆਂ, ਖਾਧੀ ਜਾ, ਸਾਡੇ ਨਾਲ ਪੰਗੇ ਲੈਣ ਦਾ ਤੇਰਾ ਕੋਈ ਅਧਿਕਾਰ ਨਹੀਂ, ਹਾਂ ਬੰਦਾ ਬਣ ਜਾ। ਤੁਸੀਂ ਗੱਲ ਸੁਣ ਲਓ, ਤੁਸੀਂ ਫੇਮਸ ਹੋਣ ਦੇ ਮਾਰੇ, ਯੂਟਿਊਬ ਤੇ ਵਿਊ ਲੈਣ ਦੇ ਮਾਰੇ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਜੇ, ਤੂੰ ਮੈਨੂੰ ਆਣਾ ਹੈ ਕਿ ਤੂੰ ਕਿੰਨੀ ਕੁ ਸੇਵਾ ਕੀਤੀ ਤੇ ਤੂੰ ਕਿੰਨੀ ਕੁ ਸੇਵਾ ਕੀਤੀ ਤੂੰ ਦੱਸ। ਤੂੰ ਅੱਜ ਫੇਸਬੁੱਕ ਤੇ ਉੱਠ ਕੇ 4 ਗੱਲਾਂ ਕਰਕੇ ਜਾਂ 4 ਤਰੀਆਂ ਵੀਡੀਓ ਚੱਲ ਕੇ ਤੂੰ ਗੱਲਾਂ ਕਰਦਾ ਫਲੋਪ ਕਲਾਕਾਰਾਂ ਤੋਂ ਬੁਲਾ ਰਿਹਾ ਬਾਈ, ਅਸੀਂ ਕਿਸੇ ਦੇ ਕਹਿਣ ਤੇ ਨਹੀਂ ਬੋਲੇ, ਠੀਕ ਹੈ ਜੀ, ਅਸੀਂ ਜੁੜੇ ਹਾਂ, ਅਸੀਂ ਹਰੇਕ ਬੰਦੇ ਨਾਲ ਜੁੜੇ ਹਾਂ ਤਾਂ ਅਸੀਂ ਦਿਲੋਂ ਜੁੜੇ ਹਾਂ, ਬਿਲਕੁਲ, ਉਹ ਬੰਦੇ ਸੇਵਾ ਕਰਦੇ ਆ ਯਾਰ, ਤੁਸੀਂ ਦੱਸੋ ਅਸੀਂ ਕੀ ਮਾੜਾ ਕੰਮ ਕਰਤਾ ਜਾਂ ਅਸੀਂ ਕਿਸੇ ਲਈ ਬੋਲ ਪਏ। ਤੂੰ ਜੇ ਬੋਲਣਾ ਤੇ ਨਸ਼ੇ ਤੇ ਬੋਲ, ਸਿੱਖੀ ਦੇ ਮਸਲਿਆਂ ਦੇ ਬੋਲ, ਤੂੰ ਕਲਾਕਾਰ ਬੰਦਾ, ਤੂੰ ਫੇਮਸ ਹੋਣ ਦੇ ਮਾਰੇ ਟੁੱਚੂ ਟੁੱਚੂ ਕੰਮ ਕਰਦੇ ਜੇ, ਨਾਲੇ ਜਿਹੜਾ ਘਰੋਂ ਨਿਕਲ ਕੇ ਕੁਛ ਕਰਦਾ ਵੀਰੇ ਨਾ ਉਸੇ ਨੂੰ ਬੰਦਾ ਮਾੜਾ ਕਹੂਗਾ, ਘਰੇ ਬੈਠਿਆਂ ਨੂੰ ਜੇ ਚੰਗਾ ਕਰੋਗੇ ਤਾਂ ਮਾੜਾ ਵੀ ਹੋਊਗਾ, ਤੇ ਨਾਲੇ ਇੰਨਾ ਵੀ ਮਾੜਾ ਨਹੀਂ ਹੈਗਾ ਵੀ ਯਾਰ ਜੇ ਬੰਦਾ 500-700 ਪਰਿਵਾਰਾਂ ਨੂੰ ਰਾਸ਼ਨ ਦਿੰਦਾ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੁਖੀ ਲੋਕਾਂ ਦੀਆਂ ਪੀੜਾਂ ਸੁਣਦਾ, ਤਾਂ ਕੀ ਉਹਨੇ ਕੋਈ ਮਾੜਾ ਕਰਤਾ, ਕੋਈ ਗੁਨਾਹ ਥੋੜ੍ਹੀ ਕਰਤਾ। ਗਾਣੇ ਗਾ, ਚੱਜਦੇ ਗਾ, ਫਿਰ ਤੁਸੀਂ ਮੈਂ ਤਾਂ ਤੈਨੂੰ ਆਖਾਂਗਾ ਤੁਸੀਂ ਲੰਡੇ ਬੁੱਚੇ ਗਾਣੇ ਕਿਉਂ ਗਾਉਂਦੇ ਜੇ, ਲੰਡੇ ਬੁੱਚੇ ਗਾਣੇ ਤੁਹਾਨੂੰ ਗਾਉਣ ਦਾ ਕੀ ਅਧਿਕਾਰ ਹੈ, ਕੋਈ ਕਦੀ ਗੁਰੂ ਦਾ ਗਾਣਾ ਗਾਇਆ ਜੀ, ਲੰਡੇ ਬੁੱਚੇ ਗੰਦੇ ਪਿੱਲੇ ਤੁਸੀਂ ਗਾਣੇ ਗਾਉਂਦੇ। ਦੇਖੋ ਆਪਾਂ ਸੱਚ ਇਨਸਾਫ਼ ਦੀ ਗੱਲ ਕਰਦੇ ਹਾਂ, ਠੀਕ ਆ, ਆਪਾਂ ਕਿਸੇ ਨੂੰ ਬੁਰਾ ਭਲਾ ਬੋਲਿਆ ਨਹੀਂ ਅਤੇ ਨਾ ਆਪਣੇ ਲਈ ਕੋਈ ਬੋਲੇ, ਅਤੇ ਠੀਕ ਆ, ਆਪਾਂ ਕਹਿੰਦੇ ਹਾਂ ਗੋਲਡੀ ਬਾਈ ਦੀ ਸਪੋਰਟ ਕਰਦੇ ਹਾਂ ਕਿ ਕਰਦੇ ਰਹਾਂਗੇ। ਤੂੰ ਮੇਰੇ 'ਤੇ ਉਦੋਂ ਉਲਟ ਵੀਡੀਓ ਪਾਈ, ਜੇ ਮੈਂ ਸਮਾਜ ਸੇਵੀਆਂ 'ਤੇ ਬੋਲਿਆ, ਮੈਂ ਸਾਰਿਆਂ 'ਤੇ ਨਹੀਂ ਬੋਲਿਆ, ਇੱਕ ਅੱਧੇ 'ਤੇ ਬੋਲਿਆ, ਤੂੰ ਉੱਠ ਕੇ ਮੇਰੀਆਂ ਲੱਤਾਂ ਖਿੱਚਣਾ, ਤੂੰ ਲੋਕ ਤੂੰ ਚਿਮਚਾ ਹੈ, ਚਿਮਚਾ ਮੇਰਾ ਤੇਰਾ ਸਾਵਲਾ ਹੈ, ਤੂੰ ਚਿਮਚਾ ਹੈ, ਚਿਮਚੇ ਗਿਰੀਆਂ ਨਹੀਂ ਕਰੀ ਦੀਆਂ, ਸਿਆਣਾ ਬਣ, ਤੇਰੇ ਨਾਲ ਨਮਕ ਖਾਧਾ ਹੈ, ਨਹੀਂ ਤਾਂ ਫਿਰ ਤੈਨੂੰ ਪਤਾ ਮੇਰੇ ਬਾਰੇ, ਮੈਂ ਮੰਤਰੀ ਜਦੋਂ ਕਿਸੇ 'ਤੇ ਬੋਲਣਾ ਮੈਂ ਅੱਗ ਕੱਢ ਦੇਣਾ, ਕੜਿੱਲ ਕੱਢ ਦੇਣਾ, ਬੰਦਾ ਬਣ ਜਾ, ਬੰਦਾ ਬੰਦਾ ਬਣ ਜਾ ਪ੍ਰੀਤ ਸਿੰਘ, ਬੰਦਾ ਬਣ। ਅਸੀਂ ਸੇਵਾ ਕਰਕੇ ਗੋਲਡੀ ਨੂੰ ਜਾਣਦੇ, ਉੱਥੇ ਕੋਈ ਹੋਰ ਵੀ ਹੁੰਦਾ, ਆਪਾਂ ਉਹਦੇ ਲਈ ਵੀ ਖੜਦੇ, ਭਾਵੇਂ ਕੋਈ ਹਿੰਦੂ ਆ ਯਾਰ, ਭਾਵੇਂ ਕੋਈ ਮੁਸਲਮਾਨ ਆ, ਭਾਵੇਂ ਈਸਾਈ ਆ, ਕੋਈ ਵੀ ਆਪਾਂ ਮੈਂ ਸਿੱਖ ਆ, ਹਨਾ ਜਿਹੜਾ ਲੋਕ ਭਲਾਈ ਦੇ ਕਾਰਜ ਕਰਦਾ ਉਹਨਾਂ ਬੰਦਿਆਂ ਨੂੰ ਦਿਲੋਂ ਸਲੂਟ ਆ ਬਾਈ, ਤੇ ਦਿਲੋਂ ਸਲੂਟ ਕਰਦੇ ਰਹਾਂਗੇ। ਬਾਕੀ ਬਾਬਾ ਨਾਨਕ ਜਾਣਦਾ ਹਨਾ ਕਿਹੜੇ ਬੰਦੇ ਨੇ ਖਾਧੇ ਆ, ਕਿਹੜੇ ਬੰਦੇ ਬਿਨਾਂ ਗੱਲ ਤੋਂ ਪਬਲਿਸਿਟੀਆਂ ਭਾਲਦੇ ਆ। ਇਹੋ ਜਿਹੀ ਕਮਾਈ ਖਾ ਕੇ ਉਹ ਜਾਊ ਵੀ ਕਿੱਥੇ ਵੀਰੇ, ਆਪਾਂ ਨੂੰ ਪਤਾ ਵੀ ਉਹ ਆਪਦਾ ਕੱਢਦੇ ਨੇ ਹਨਾ ਸੇਵਾ ਲਈ ਪੈਸੇ ਕੱਢਦੇ ਨੇ, ਇਹੋ ਜਿਹਾ ਪੈਸਾ ਖਾ ਕੇ ਕੌਣ ਜਾਊ ਵੀ ਕਿੱਥੋਂ, ਜੇ ਮੰਨ ਲਓ ਇਹੀ ਚੀਜ਼ਾਂ ਚੱਲਦੀਆਂ। ਫਿਰ ਸਜਨ ਦੀ ਗੱਲ ਚੱਲੀ, ਕਹਿੰਦੇ ਉਹ ਸਜਨ ਆਪਦੇ ਕਾਗਜ਼ ਦਿਖਾ ਦੇ, ਬਾਈ ਉਹਨੇ ਦਿਖਾਤੀ, ਬਾਈ ਉਹ ਟਰਨ ਓਵਰ ਕਿਉਂ, ਟਰਨ ਓਵਰਾਂ ਸਾਨੂੰ ਦਿਖਾਵੇ ਯਾਰ, ਕਿਉਂ ਦਿਖਾਵੇ, ਉਹਦੇ ਕੋਲ ਗੱਡੀ, ਉਹਦੇ ਨਾਮ ਆ ਸਾਰਾ ਕੁਛ, ਉਹਨੇ ਆਪਦੀ ਲਈ ਆ ਗੱਡੀ, ਉਹ ਤਾਂ ਅੱਜ ਸੇਵਾ ਕਰਨ ਲੱਗਿਆ, ਅੱਜ ਵੀਡੀਓ ਉਹਦੀਆਂ ਵਾਇਰਲ ਹੋਣ ਲੱਗੀਆਂ ਹਨਾ, ਅਤੇ ਉਹਨੇ ਗੱਡੀ ਕਦੋਂ ਲਈ ਹੈ, ਅਤੇ ਕਦ ਦੀ ਉਹਨੇ ਗੱਡੀ ਵੇਚ ਕੇ ਆਪਦੀ ਉਹ ਗੱਡੀ ਦੇ ਵਿੱਚ ਪੈਸੇ ਪਾਏ, ਉਹਨੇ ਉਹ ਚੀਜ਼ ਦਿਖਾਤੀ, ਹੁਣ ਤੁਹਾਨੂੰ ਮੰਨ ਲਾ ਉਹ ਚੀਜ਼ਾਂ ਦਿਖਾਈ ਜਾਵੇ ਉਹ। ਵੀਰ ਜੀ ਮੈਂ ਗੱਲ ਕਰਨ ਲੱਗਾ ਤੁਹਾਡੇ ਨਾਲ ਕਲਾਕਾਰਾਂ ਦੀ, ਇੱਕ ਇੱਥੇ ਪ੍ਰੀਤ ਸਿਆਂ ਕਲਾਕਾਰ, ਪ੍ਰੀਤ ਸਿਆਂ ਪਿੱਛੇ ਤੁਸੀਂ ਵੇਖਿਆ ਵੀ ਹੋਣਾ ਹੈ ਕਿ ਲੌਂਗੀਏ ਵਰਗੇ ਨੂੰ ਤੇ ਕਈਆਂ ਮੁੰਡਿਆਂ ਨੂੰ ਟਿਕਟੌਕ ਦੇ ਸਟਾਰਾਂ ਨੂੰ ਇਹ ਚੰਡੀਗੜ੍ਹ ਵੀ ਲੈ ਕੇ ਗਿਆ ਸੀ ਤੇ ਉਹਨਾਂ ਕੋਲ ਆਇਆ ਵੀ ਸੀ, ਉਹਦਾ ਨਾਂ ਕਲਾਕਾਰ ਦਾ ਪ੍ਰੀਤ ਸਿਆਂ, ਪ੍ਰੀਤ ਸਿਆਂ, ਉਹਦੇ ਕਈ ਗਾਣੇ ਵੀ ਆਏ ਭੂਤਨੀ ਭਾਤਨੀ ਵਾਲੇ ਕਈ, ਮੈਂ ਉਹਨੂੰ ਇਹ ਗੱਲ ਕਰਨ ਲੱਗਾ ਪ੍ਰੀਤ ਸਿਆਂ ਕੋਈ ਅਕਲ ਨੂੰ ਹੱਥ ਮਾਰ, ਤੂੰ ਮੇਰੀਆਂ ਲੱਤਾਂ ਖਿੱਚਣਾ ਹੈ, ਤੂੰ ਮੈਨੂੰ ਮਾੜਾ ਚੰਗਾ ਬੋਲਣਾ ਹੈ, ਗੱਲ ਸੁਣ ਲਾ, ਤੇਰੇ ਕੋਲ ਅਸੀਂ ਰਹਿ ਕੇ ਗਏ 2 ਰਾਤਾਂ, ਤੇਰਾ ਖਾਧਾ ਲੂਣ, ਅਸੀਂ ਤੇਰੀ ਇੱਜ਼ਤ ਕਰਨੇ ਆ, ਜੇ ਤੂੰ ਨਾ ਨਾ ਹਟਿਆ ਸਾਡੇ ਤੋਂ ਉਲਟ ਬੋਲਣੋ ਤੇ ਤੇਰੀ ਮੈਂ ਮੰਜੀ ਠੋਕਾਂਗਾ ਪੂਰੀ ਟਿਕਾ ਕੇ, ਤੈਨੂੰ ਮੈਂ ਵਾਰਨਿੰਗ ਦੇਤੀ ਅੱਜ ਪੂਰੀ ਵਾਰਨਿੰਗ ਕਿ ਬਚ ਜਾ, ਬੰਦਾ ਬਣ ਜਾ, ਤੂੰ ਜੇ ਬੋਲਣਾ ਤੇ ਨਸ਼ੇ ਤੇ ਬੋਲ, ਸਿੱਖੀ ਦੇ ਮਸਲਿਆਂ ਦੇ ਬੋਲ, ਤੂੰ ਕਲਾਕਾਰ ਬੰਦਾ, ਤੂੰ ਫੇਮਸ ਹੋਣ ਦੇ ਮਾਰੇ ਟੁੱਚੂ ਟੁੱਚੂ ਕੰਮ ਕਰਦੇ ਜੇ, ਪ੍ਰੀਤ ਸਿਆਂ ਬੰਦਾ ਬਣ ਜਾ, ਜੇ ਚੰਡੀਗੜ੍ਹ ਬਹਿ ਕੇ ਰੋਟੀਆਂ 4 ਖਾਣ ਨੂੰ ਮਿਲੀਆਂ ਹੀ ਜਾਂਦੀਆਂ, ਖਾਧੀ ਜਾ,
ਸਾਡੇ ਨਾਲ ਪੰਗੇ ਲੈਣ ਦਾ ਤੇਰਾ ਕੋਈ ਅਧਿਕਾਰ ਨਹੀਂ। ਹਾਂ ਬੰਦਾ ਬਣ ਜਾ, ਤੁਸੀਂ ਗੱਲ ਸੁਣ ਲਓ, ਤੁਸੀਂ ਫੇਮਸ ਹੋਣ ਦੇ ਮਾਰੇ, ਯੂਟਿਊਬ ਤੇ ਵਿਊ ਲੈਣ ਦੇ ਮਾਰੇ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਜੇ। ਤੂੰ ਮੈਨੂੰ ਆਣਾ ਹੈ ਕਿ ਤੂੰ ਕਿੰਨੀ ਕੁ ਸੇਵਾ ਕੀਤੀ ਤੇ ਤੂੰ ਕਿੰਨੀ ਕੁ ਸੇਵਾ ਕੀਤੀ, ਤੂੰ ਦੱਸ ਤੂੰ ਕਿੰਨੇ ਕੁ ਲੰਗਰ ਲਾਏ ਨੇ, ਮੈਨੂੰ ਦੱਸ। ਤੂੰ ਵੀ ਮੋਗੇ ਜ਼ਿਲ੍ਹੇ ਦਾ, ਤੂੰ ਲੰਗਰ ਕਿੰਨੇ ਕੁ ਲਾਏ, ਕਿੰਨੀ ਕੁ ਲੋਕਾਂ ਨੂੰ ਰੋਟੀ ਦਿੱਤੀ ਓ? ਐਵੇਂ ਮਾਰੀ ਜਾਂਦੇ ਉੱਠ ਕੇ ਜਣਾ ਖਣਾ, ਕਿਹੜਾ ਉੱਠਦਾ ਈ? ਚੱਲ ਮੰਤਰੀ ਨੂੰ ਲੱਤਾਂ ਮੰਤਰੀ ਦੀਆਂ ਖਿੱਚ ਗਏ, ਜਿਹੜਾ ਉੱਠਦਾ ਈ ਚੱਲ ਮੰਤਰੀ ਦੀਆਂ ਲੱਤਾਂ ਖਿੱਚ ਗਏ। ਪ੍ਰੀਤ ਸਿਆਂ, ਜੇ ਤੂੰ ਨਾ ਨਾ ਹਟਿਆ ਤੇ ਚੰਡੀਗੜ੍ਹ ਆਣ ਕੇ ਤੇਰਾ ਮੈਂ ਜਲੂਸ ਕੱਢਾਂਗਾ। ਸਾਡੇ ਬੰਦੇ ਵੀ ਬੜੇ ਬੈਠੇ ਚੰਡੀਗੜ੍ਹ, ਮੈਨੂੰ ਪਤਾ ਤੂੰ ਕਿੱਥੇ ਰਹਿੰਦਾ ਹੈ, ਤੇਰੇ ਸਾਰੇ ਕੁਆਟਰਾਂ ਦਾ ਪਤਾ ਹੈ, ਕਿੱਥੇ ਤੂੰ ਰਹਿੰਦਾ, ਕੀ ਤੂੰ ਕਰਨਾ ਹੈ। ਗਾਣੇ ਗਾ, ਚੱਜਦੇ ਗਾ, ਫਿਰ ਤੁਸੀਂ, ਮੈਂ ਤਾਂ ਤੈਨੂੰ ਆਖਾਂਗਾ ਤੁਸੀਂ ਲੰਡੇ ਬੁੱਚੇ ਗਾਣੇ ਕਿਉਂ ਗਾਉਂਦੇ ਜੇ? ਲੰਡੇ ਬੁੱਚੇ ਗਾਣੇ ਤੁਹਾਨੂੰ ਗਾਉਣ ਦਾ ਕੀ ਅਧਿਕਾਰ ਹੈ? ਕੋਈ ਕਦੀ ਗੁਰੂ ਦਾ ਗਾਣਾ ਗਾਇਆ ਹੀ? ਲੰਡੇ ਬੁੱਚੇ ਗੰਦੇ ਪਿੱਲੇ ਤੁਸੀਂ ਗਾਣੇ ਗਾਉਂਦੇ ਜੇ, ਬੇਕਾਰ, ਜਿਹਦੀ ਕੋਈ ਤੋਕ ਨਹੀਂ ਹੈਗੀ, ਕੋਈ ਗੱਲਬਾਤ ਨਹੀਂ ਹੈਗੀ। ਤੁਸੀਂ ਆਉਣ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੇ? ਗੰਦ ਗਾਉਂਦੇ ਜੇ, ਗੰਦ ਗੰਦ ਮੰਗ ਹਥਿਆਰਾਂ ਨੂੰ ਤੁਸੀਂ ਪ੍ਰਮੋਟ ਕਰਦੇ ਜੇ, ਧੀਆਂ ਭੈਣਾਂ ਲੋਕਾਂ ਦੀਆਂ ਤੁਸੀਂ ਗਾਣਿਆਂ ਦੇ ਵਿੱਚ ਅੱਧ ਨੰਗੀਆਂ ਵਿਖਾਉਂਦੇ ਜੇ, ਦੱਸੋ ਤੁਸੀਂ ਕੀ ਨਹੀਂ ਕਰਦੇ? ਨਾ ਤੂੰ ਰੱਖਿਆ ਪ੍ਰੀਤ ਸਿਆਂ, ਤੇ ਕੰਮ ਤੈਨੂੰ ਦੁੱਕੀ ਦਾ ਨਹੀਂ ਆਉਂਦਾ, ਗੱਲਾਂ ਤੂੰ ਕਰਨਾ ਵੱਡੀਆਂ। ਤੁਸੀਂ ਨਸ਼ੇ ਨੂੰ ਤੁਸੀਂ ਪ੍ਰਮੋਟ ਕਲਾਕਾਰ ਕਰਦੇ ਜੇ, ਤੇਰੇ ਵਰਗੇ ਸਾਰੇ ਭਰਾ ਨਹੀਂ ਨਸ਼ੇ ਨੂੰ ਪ੍ਰਮੋਟ ਕਰਦੇ ਗਾਣੇ, ਸਾਰੇ ਕੋਈ ਤੇਰੇ ਵਰਗੇ ਦੋ ਚਾਰ ਕਲਾਕਾਰ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਦੇ ਆ, ਕਈ ਕੁਝ ਕਰਦੇ, ਧੀਆਂ ਦੇ ਗਾਣੇ ਤੁਸੀਂ ਗੰਦੇ ਗਾਉਂਦੇ ਜੇ, ਤੁਸੀਂ ਹਰੇਕ ਚੀਜ਼ ਤੁਸੀਂ ਕਰਦੇ ਜੇ, ਹਰੇਕ ਚੀਜ਼ ਤੇ ਬੰਦਾ ਬਣ ਜਾ ਨਹੀਂ ਤੇ ਤੈਨੂੰ ਬੰਦਾ ਬਣਾਉਣਾ ਪ੍ਰੀਤ ਸਿਆਂ ਮੈਨੂੰ ਆਉਂਦਾ ਹੈ। ਤੂੰ ਮੇਰੇ ਤੇ ਉਦੋਂ ਉਲਟ ਵੀਡੀਓ ਪਾਈ, ਜੇ ਮੈਂ ਸਮਾਜ ਸੇਵੀਆਂ ਤੇ ਬੋਲਿਆ, ਮੈਂ ਸਾਰਿਆਂ ਤੇ ਨਹੀਂ ਬੋਲਿਆ, ਇੱਕ ਅੱਧੇ ਤੇ ਬੋਲਿਆ, ਤੂੰ ਉੱਠ ਕੇ ਮੇਰੀਆਂ ਲੱਤਾਂ ਖਿੱਚਣਾ, ਤੂੰ ਲੋਕ ਤੂੰ ਚਿਮਚਾ ਏ, ਚਿਮਚਾ ਮੇਰਾ ਤੇਰਾ ਸਾਵਲਾ, ਤੂੰ ਚਿਮਚਾ ਏ, ਚਿਮਚੇ ਗਿਰੀਆਂ ਨਹੀਂ ਕਰੀ ਦੀਆਂ, ਸਿਆਣਾ ਬਣ, ਤੇਰੇ ਨਾਲ ਨਮਕ ਖਾਧਾ ਏ, ਨਹੀਂ ਤੇ ਫਿਰ ਤੈਨੂੰ ਪਤਾ ਮੇਰੇ ਬਾਰੇ, ਮੈਂ ਮੰਤਰੀ ਜਦੋਂ ਕਿਸੇ ਤੇ ਬੋਲਣਾ ਮੈਂ ਅੱਗ ਕੱਢ ਦੇਣਾ, ਕੜਿੱਲ ਕੱਢ ਦੇਣਾ। ਬੰਦਾ ਬਣ ਜਾ, ਬੰਦਾ ਬੰਦਾ ਬਣ ਜਾ ਪ੍ਰੀਤ ਸਿਆਂ, ਬੰਦਾ ਬਣ ਜਾ, ਅਗਲੇ ਗੇੜੇ ਤੇਰੀ ਮੰਜੀ ਠੋਕਾਂਗਾ ਟਕਾ ਕੇ। ਜਿਹੜਾ ਬਾਜੇ ਕੇ ਵਾਲਾ ਇੱਕ ਆ ਬਾਂਦਰ ਜਾ ਜਿਹੜਾ ਬੋਲਦਾ ਊਟ ਪਟਾਂਗ, ਤੂੰ ਗੱਲਾਂ ਕਰਦਾ ਕਿ ਮੈਂ ਚੰਡੀਗੜ੍ਹ ਆ ਕੇ ਤੇਰਾ ਤੇਰੇ ਨਾਲ ਟਾਈਮ ਬੰਨੂੰਗਾ, ਜਿੱਥੇ ਮਰਜ਼ੀ ਟਾਈਮ ਬੰਨ ਲਈ ਤੇ ਸਾਨੂੰ ਕੋਈ ਪਰਵਾਹ ਨਹੀਂ। ਤੇ ਟਾਈਮ ਦਾ ਬਾਈ ਤੈਨੂੰ ਵੀ ਪਤਾ ਕਿੱਥੇ ਰਹਿੰਦੇ ਆ, ਸਾਰਿਆਂ ਨੂੰ ਪਤਾ, ਠੀਕ ਆ, ਜਿੱਥੇ ਵੀ ਆ ਜਿੱਥੇ ਵੀ ਰਹਿੰਦੇ ਆ ਸਾਰਿਆਂ ਨੂੰ ਪਤਾ ਕਿੱਥੇ ਰਹਿੰਦੇ ਆ, ਆਪਾਂ ਕੋਈ ਲੋਕ ਕੇ ਨਹੀਂ ਰਹਿੰਦੇ ਵੀ ਹਾਂ ਵੀ ਅਸੀਂ ਜੀ ਇੱਥੇ ਰਹਿੰਦੇ ਹਾਂ ਜਾਂ ਉੱਥੇ ਰਹਿੰਦੇ ਹਾਂ, ਕਿਸੇ ਨੂੰ ਝੂਠ ਬਤਾਉਣ ਬੋਲ ਕੇ ਨਹੀਂ ਅਸੀਂ ਰਹਿੰਦੇ, ਜਿੱਥੇ ਰਹਿੰਦੇ ਹਾਂ ਸਾਰਿਆਂ ਨੂੰ ਪਤਾ, ਅੱਜ ਪਿੰਡ ਫਿਰਦੇ ਹਾਂ ਕੱਲ੍ਹ ਪਰਸੋਂ ਨੂੰ ਚਲੇ ਜਾਣਾ ਚੰਡੀਗੜ੍ਹ, ਜਿਹਦੇ ਮਨ 'ਚ ਵਹਿਮ ਆ ਜਾਓ ਜਦੋਂ ਮਰਜ਼ੀ ਆ ਜੀ, ਠੀਕ ਆ। ਦੂਜੇ ਨੰਬਰ 'ਤੇ ਚਲੋ ਆਪਾਂ ਇਹ ਗੱਲਾਂ ਨਹੀਂ ਕਰਨੀਆਂ, ਮੈਂ ਗੱਲ ਕਰਦਾ, ਦੇਖੋ ਆਪਾਂ ਸੱਚ ਇਨਸਾਫ ਦੀ ਗੱਲ ਕਰਦੇ ਹਾਂ, ਠੀਕ ਆ, ਆਪਾਂ ਕਿਸੇ ਨੂੰ ਬੁਰਾ ਭਲਾ ਬੋਲਿਆ ਨਹੀਂ ਅਤੇ ਨਾ ਆਪਣੇ ਲਈ ਕੋਈ ਬੋਲੇ, ਅਤੇ ਠੀਕ ਆ, ਆਪਾਂ ਕਹਿੰਦੇ ਹਾਂ ਗੋਲਡੀ ਬਾਈ ਦੀ ਸਪੋਰਟ ਕਰਦੇ ਹਾਂ ਅਤੇ ਕਰਦੇ ਰਹਾਂਗੇ। ਉੱਥੇ ਇੱਕ ਗੱਲ ਹੋਰ ਵੀ ਆ, ਪ੍ਰੀਤ ਸਿਆਂ ਹੁਣੇ ਗੱਲਾਂ ਕਰਦਾ ਸੀ, ਕਹਿੰਦਾ ਉੱਥੇ ਗੋਲਡੀ ਥਾਂ ਕੋਈ ਹੋਰ ਵੀ ਹੁੰਦਾ, ਸਾਨੂੰ ਅਸੀਂ ਸੇਵਾ ਕਰਕੇ ਗੋਲਡੀ ਨੂੰ ਜਾਣਦੇ, ਉੱਥੇ ਕੋਈ ਹੋਰ ਵੀ ਹੁੰਦਾ, ਭਾਵੇਂ ਆਪਾਂ ਉਹਦੇ ਲਈ ਵੀ ਖੜਦੇ, ਭਾਵੇਂ ਕੋਈ ਹਿੰਦੂ ਆ ਯਾਰ, ਭਾਵੇਂ ਕੋਈ ਮੁਸਲਮਾਨ ਆ, ਭਾਵੇਂ ਈਸਾਈ ਆ, ਕੋਈ ਵੀ ਆ, ਭਾਵੇਂ ਸਿੱਖ ਆ, ਹੈ ਨਾ, ਜਿਹੜਾ ਲੋਕ ਭਲਾਈ ਦੇ ਕਾਰਜ ਕਰਦਾ ਉਹਨਾਂ ਬੰਦਿਆਂ ਨੂੰ ਦਿਲੋਂ ਸਲੂਟ ਆ ਬਾਈ, ਅਤੇ ਦਿਲੋਂ ਸਲੂਟ ਕਰਦੇ ਰਹਾਂਗੇ। ਬਾਕੀ ਬਾਬਾ ਨਾਨਕ ਜਾਣਦਾ ਹੈ ਨਾ ਕਿਹੜੇ ਬੰਦੇ ਨੇ ਖਾਧੇ ਆ, ਕਿਹੜੇ ਬੰਦੇ ਬਿਨਾਂ ਗੱਲ ਤੋਂ ਪਬਲਿਸਿਟੀਆਂ ਭਾਲਦੇ ਆ, ਇਹੋ ਜਿਹੀ ਕਮਾਈ ਖਾ ਕੇ ਉਹ ਜਾਊ ਵੀ ਕਿੱਥੇ ਵੀਰੇ? ਆਪਾਂ ਨੂੰ ਪਤਾ ਵੀ ਉਹ ਆਪਦਾ ਕੱਢਦੇ ਨੇ ਹੈ ਨਾ, ਸੇਵਾ ਲਈ ਪੈਸੇ ਕੱਢਦੇ ਨੇ, ਇਹੋ ਜਿਹਾ ਪੈਸਾ ਖਾ ਕੇ ਕੌਣ ਜਾਊ ਵੀ ਕਿੱਥੋਂ? ਜੇ ਮੰਨ ਲਓ ਇਹੀ ਚੀਜ਼ਾਂ ਚੱਲਦੀਆਂ, ਫਿਰ ਸੱਜਣ ਦੀ ਗੱਲ ਚੱਲੀ, ਕਹਿੰਦੇ ਉਹ ਸੱਜਣ ਆਪਦੇ ਕਾਗਜ਼ ਦਿਖਾ ਦੇ, ਬਾਈ ਉਹਨੇ ਦਿਖਾ ਤੀ, ਬਾਈ ਉਹ ਟਰਨ ਓਵਰ ਕਿਉਂ, ਟਰਨ ਓਵਰਾਂ ਸਾਨੂੰ ਦਿਖਾਵੇ ਯਾਰ, ਕਿਉਂ ਦਿਖਾਵੇ? ਉਹਦੇ ਕੋਲ ਗੱਡੀ, ਉਹਦੇ ਨਾਮ ਆ ਸਾਰਾ ਕੁਛ, ਉਹਨੇ ਆਪਦੀ ਲਈ ਆ ਗੱਡੀ, ਉਹ ਤਾਂ ਅੱਜ ਸੇਵਾ ਕਰਨ ਲੱਗਿਆ, ਅੱਜ ਵੀਡੀਓ ਉਹਦੀਆਂ ਵਾਇਰਲ ਹੋਣ ਲੱਗੀਆਂ ਹੈ ਨਾ, ਅਤੇ ਉਹਨੇ ਗੱਡੀ ਕਦੋਂ ਲਈ ਹੈ, ਅਤੇ ਕਦੀ ਉਹਨੇ ਗੱਡੀ ਵੇਚ ਕੇ ਆਪਦੀ ਉਹ ਗੱਡੀ ਦੇ ਵਿੱਚ ਪੈਸੇ ਪਾਏ, ਉਹਨੇ ਉਹ ਚੀਜ਼ ਦਿਖਾ ਤੀ, ਹੁਣ ਤੁਹਾਨੂੰ ਮੰਨ ਲਾ ਉਹ ਚੀਜ਼ਾਂ ਦਿਖਾਈ ਜਾਵੇ ਉਹ। ਇੱਕ ਉਹ ਵੀ ਬੰਦੇ ਨੇ ਪ੍ਰੀਤ ਸਿਆਂ ਜਿਹੜੇ ਬੰਦਿਆਂ ਨੇ 3.5 ਕਿੱਲੇ ਪੈਲੀ ਤੋਂ ਸਰਪੰਚੀ ਜਿੱਤੀ, ਅੱਜ 350 ਕਰੋੜ ਦੇ ਮਾਲਕ ਨੇ, ਕਦੇ ਉਹਨਾਂ ਨੂੰ ਤਾਂ ਅਸੀਂ ਸਵਾਲ ਪੁੱਛੇ ਨਹੀਂ, ਹਾਂ ਉਹਨਾਂ ਨੂੰ ਸਵਾਲ ਕਦੇ ਪੁੱਛੇ ਆ ਵੀ ਤੁਸੀਂ 350 ਕਰੋੜ ਦੀਆਂ ਪ੍ਰੋਪਰਟੀਆਂ ਕਿੱਥੋਂ ਬਣਾਈਆਂ? NRI ਵੀਰਾਂ ਨੂੰ ਫਿਰ ਕਹਿੰਦਾ ਵੀ ਦੇਖੋ ਤੂੰ, ਤੁਹਾਡਾ ਹੱਕ ਹੈ ਪੁੱਛਣ ਦਾ, ਪੁੱਛੋ, ਮੈਂ ਨਹੀਂ ਕਹਿੰਦਾ, ਜਿਹੜੇ ਵੀਰ ਇਹਨਾਂ ਨੇ ਸੇਵਾ ਭੇਜੀ ਆ ਨਾ ਪੁੱਛਣ ਦਾ ਹੱਕ ਬਣਦਾ, ਪਰ ਯਾਰ ਇਹਦਾ ਕੀ ਮਤਲਬ ਆਪਾਂ ਫੇਸਬੁੱਕ 'ਤੇ ਰੌਲੇ ਪਾਈ ਜਾਂਦੇ ਹਾਂ, ਠੀਕ ਆ, ਆਪਾਂ ਬਦਨਾਮ ਕਰੀ ਜਾਂਦੇ ਹਾਂ ਬਾਈ ਜੀ, ਠੀਕ ਆ, ਵਧੀਆ ਗੱਲ ਆ, ਤੁਸੀਂ
ਤੁਹਾਡੇ ਵਰਗੀ ਸੇਵਾ ਮੈਨੂੰ ਇੰਨਾ ਪਤਾ ਵੀ ਦੇਖੋ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਕਿੰਨੇ ਮਾੜੇ ਹਾਲਾਤ ਨੇ, ਹੈ ਨਾ। ਇਹ NRI ਵੀਰਾਂ ਕਰਕੇ ਹੀ ਆਪਣਾ ਪੰਜਾਬ ਬਚਿਆ ਵਾ ਬਾਈ। ਆਪਣੇ ਟੂਰਨਾਮੈਂਟ ਹੁੰਦੇ ਨੇ ਤਾਂ ਆਪਾਂ ਨੂੰ NRI ਵੀਰ ਸਪੋਰਟ ਕਰਦੇ ਨੇ, ਠੀਕ ਆ। ਆਪਣੇ ਮੇਲੇ ਹੁੰਦੇ ਨੇ, ਸਾਨੂੰ ਪਤਾ ਅਸੀਂ ਮੇਲਿਆਂ 'ਚ ਜਾਂਦੇ ਹਾਂ ਤਾਂ NRI ਵੀਰਾਂ ਦੀ ਸਪੋਰਟ ਹੁੰਦੀ ਹੈ ਨਾ। ਹਰੇਕ ਜਗ੍ਹਾ ਦੇ ਉੱਪਰ NRI ਵੀਰ ਪੈਸਾ ਭੇਜਦੇ ਨੇ, ਠੀਕ ਆ। ਸਾਰੇ ਕਿਤੇ ਆਉਂਦਾ, ਸਾਰਿਆਂ ਨੂੰ ਪਤਾ, ਕਿਹਨੂੰ ਨਹੀਂ ਪਤਾ, ਸਾਰਿਆਂ ਨੂੰ ਪਤਾ। ਪਰ ਜਿਵੇਂ ਹੁਣ ਸੇਵਾ ਚੱਲ ਰਹੀ ਆ ਤਾਂ ਉਸ ਦੇ ਨਾਲ ਜਿਹੜੇ ਚੰਗੇ ਲੋਕ ਹੋਰ ਜੁੜਨਾ ਚਾਹੁੰਦੇ ਨੇ ਬਾਈ, ਬਦਨਾਮ ਉਹ ਮੰਨ ਲਓ ਇੱਕ ਤਰ੍ਹਾਂ ਦਾ NGO ਇੱਕ ਤਰ੍ਹਾਂ ਦੀ ਬਦਨਾਮ ਹੋ ਚੱਲਿਆ ਵੀ ਹਾਂ ਵੀ ਯਾਰ NGO ਲੋਕਾਂ ਨੇ ਖੋਲ ਲਈਆਂ, ਉਹਨਾਂ ਨੇ ਐਂ ਕੀਤਾ, ਉਹਨਾਂ ਨੇ ਪੈਸਾ ਖਾ ਲਿਆ, ਉਹਨਾਂ ਨੇ ਐਂ ਕਰ ਲਿਆ, ਹੈ ਨਾ। ਅਤੇ ਬਾਈ ਯਾਰ ਕੱਲ੍ਹ ਨੂੰ, ਠੀਕ ਆ, ਉਹਨੂੰ ਕਲੀਅਰ ਕਰੋ ਜਿਹੜੀ ਵੀ ਗੱਲ ਆ, ਹੈ ਨਾ, ਉਹਨੂੰ ਕਲੀਅਰ ਕਰੋ। ਪਰ ਆਪਾਂ ਕਿਉਂ ਇੱਕ ਦੂਜੇ ਨੂੰ ਉਹ ਦੂਜੇ ਲੋਕਾਂ ਨੂੰ ਵੀ ਸੇਵਾ ਕਰਨ ਤੋਂ ਰੋਕ ਰਹੇ ਹਾਂ? ਜਿਹੜੇ ਸਹੀ ਸੇਵਾ ਕਰਦੇ ਆ ਵੀਰ ਜੀ, ਉਹਨਾਂ ਦੀ ਵੀ ਸੇਵਾ ਬੰਦ ਹੋ ਰਹੀ ਆ। ਅਤੇ ਵੱਡੀ ਗੱਲ ਜਿਹੜੀ ਆ, NRI-ਆਂ ਦੇ ਵਿੱਚ ਇਕੱਲੇ ਭਰਾ ਨਹੀਂ ਸੇਵਾ ਭੇਜਦੇ, ਭੈਣਾਂ ਵੀ, ਸਤਿਕਾਰਯੋਗ ਭੈਣਾਂ ਵੀ ਜਿਹੜੀਆਂ ਸੇਵਾਵਾਂ ਭੇਜਦੀਆਂ ਨੇ। ਕਈ ਭੈਣਾਂ ਜਿਹੜੀਆਂ ਸੇਵਾਵਾਂ ਭੇਜਦੀਆਂ, ਉਹਨਾਂ ਨੇ ਇਹ ਗੱਲ ਕਹੀ ਆ, ਸਾਨੂੰ ਨਹੀਂ ਪਤਾ ਅਸੀਂ ਪਰਿਵਾਰਾਂ ਨੂੰ ਸੇਵਾ ਦਿੰਦੇ ਹਾਂ, ਅਗਲੇ ਕਰ ਰਹੇ ਆ, ਹੈ ਨਾ, ਅਤੇ ਸਾਨੂੰ ਨਹੀਂ ਹੈ ਉਹ ਖਾਂਦੇ ਆ ਨਹੀਂ ਖਾਂਦੇ, ਕੀ ਆ, ਅਸੀਂ ਸੇਵਾ ਕਰਨੀ ਆ, ਨੇਕੀ ਕਰ ਕੂਏ ਮੈਂ ਡਾਲ ਯਾਰ, ਠੀਕ ਆ। ਜੇ ਅਸੀਂ ਸੇਵਾ ਕਰਕੇ ਪੁੱਛਣੀ ਆ ਫਿਰ ਸੇਵਾ ਕਾਹਦੀ ਆ? ਫਿਰ ਇੱਕ ਮਿੰਟ, ਇੱਕ ਆਪਾਂ ਇੱਕ ਪਾਸੋਂ ਕਹਿ ਦੇਣਾ ਬਾਈ ਫਲਾਨੇ ਮੇਰਾ ਨਾਮ ਨਾ ਬਾਈ, ਮੈਂ ਗੋਪਤ ਦਾਨ ਪੈਸੇ ਭੇਜਦੇ, ਇੱਕ ਪਾਸੋਂ ਆਪਾਂ ਉਸ ਚੀਜ਼ ਨੂੰ ਪਬਲਿਸਿਟੀ ਦੇ ਰਹੇ ਹਾਂ ਨਾ, ਚਲੋ ਠੀਕ ਆ, ਉਹ ਹੱਕ ਬਣਦਾ। ਫਿਰ ਦੂਜੇ ਨੰਬਰ 'ਤੇ ਮੈਂ ਇਹ ਵੀ ਗੱਲ, ਇੱਕ ਨਵੀਂ ਗੱਲ ਮੈਂ ਹੋਰ ਕਰਨਾ ਚਾਹੁੰਦਾ। ਮੈਂ ਕੱਲ੍ਹ ਪਾਸੋਂ ਸੱਚ ਗੱਗੂ ਬਾਈ ਦੀ ਵੀਡੀਓ ਦੇਖੀ ਇੱਕ, ਠੀਕ ਆ, ਉਹਦੇ ਵਿੱਚ ਉਹਨੇ ਇੱਕ ਗੱਲ ਬਹੁਤ ਵਧੀਆ ਕਹੀ। ਮੈਂ ਗੋਲਡੀ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਅਤੇ ਮੈਂ NRI ਵੀਰਾਂ ਨੂੰ ਵੀ ਕਹਿਣਾ ਚਾਹੁੰਦਾ, ਸਾਰਿਆਂ ਨੂੰ ਗੱਲ ਕਹਿਣਾ ਚਾਹੁੰਦਾ ਵੀ ਦੇਖੋ ਵੀਰੇ, ਗੱਗੂ ਬਾਈ ਦਾ ਹੋਸਪਿਟਲ ਆ, ਉਹ ਵੀ ਇੱਕ ਸਮਾਜ ਸੇਵੀ ਆ, ਠੀਕ ਆ। ਹੁਣ ਫਿਰ ਅੱਜ ਤੁਸੀਂ ਕਹੋਗੇ ਗੱਗੂ ਬਾਈ ਬਾਰੇ ਬੋਲ ਪਿਆ, ਹੈ ਨਾ, ਦੇਖੋ ਸਾਨੂੰ ਗੱਲ ਲੱਗੀ, ਹਰੇਕ ਵੀਡੀਓ ਦੇਖਦੇ ਹਾਂ, ਅਸੀਂ ਵੀ ਦੇਖਦੇ ਹਾਂ, ਤੁਸੀਂ ਵੀ ਦੇਖ ਦਿਓ, ਤੁਹਾਨੂੰ ਵੀ ਇਹ ਗੱਲ ਕਰਨੀ ਚਾਹੀਦੀ ਸੀ। ਬਾਈ ਜਿਹੜਾ ਲਾਈਵ ਹੋ ਕੇ ਬੋਲਿਆ, ਬਾਈ ਤੂੰ ਆਹ ਗੱਲ ਕਰਦਾ ਨਾ ਤਾਂ ਮੈਂ ਤੈਨੂੰ ਦਿਲੋਂ ਸਲੂਟ ਕਰਦਾ, ਇਹ ਗੱਲਾਂ ਤੁਸੀਂ ਨਹੀਂ ਕੀਤੀਆਂ, ਠੀਕ ਆ। ਕੱਲ੍ਹ ਨੂੰ ਤੁਸੀਂ ਕਹੋਗੇ ਗੱਗੂ ਵੀ ਮਾੜਾ, ਠੀਕ ਆ, ਚਲੋ ਲੋਕਾਂ ਨੇ ਕੁਛ ਨੇ ਕਿਹਾ ਵੀ ਉਹ ਐਂ ਕਰਦਾ ਉਹ ਕਰਦਾ, ਉਹ ਬੰਦਾ ਸੇਵਾ ਕਰਦਾ। ਉਹਨੇ ਇੱਕ ਗੱਲ ਕਹੀ ਵੀ ਬਾਈ ਮੇਰੇ ਕੋਲ ਜਿੰਨੇ ਵੀ ਆਪਣੇ ਸਮਾਜ ਸੇਵੀ ਆ ਉਹਦੀ ਗੱਲ 100% 101% ਮੈਨੂੰ ਸਹੀ ਲੱਗੀ ਵੀ ਜਿੰਨੇ ਵੀ ਸਮਾਜ ਸੇਵੀ ਨੇ ਬੰਦੇ ਜਿੰਨੇ ਵੀ ਇਹ ਚੀਜ਼ 'ਚ ਹੈਲਪ ਕਰਦੇ ਨੇ ਜਾਂ ਸੇਵਾ ਕਰਦੇ ਨੇ, ਦੇਖੋ ਜਿਹੜਾ ਹੈਗਾ ਮਰੀਜ਼ ਵਾਲਾ ਕੰਮ ਬਾਈ, ਉਹ ਤੁਸੀਂ ਉੱਥੇ ਬਟਾਲੇ ਆ, ਹੈ ਨਾ ਵੀਰੇ ਦਾ ਹੋਸਪਿਟਲ, ਬਟਾਲੇ ਹੋਸਪਿਟਲ 'ਚ ਲੈ ਕੇ ਜਾਓ। ਉਹ ਕਹਿੰਦਾ ਜਿੰਨੀ ਸੇਵਾ ਕਰ ਸਕਦੇ ਉਨੀ ਸੇਵਾ ਕਰੋ, ਜੇ ਨਹੀਂ ਹੈਗੇ ਅਸੀਂ ਫਿਰ ਵੀ ਯਾਰ ਸੇਵਾ 'ਚ ਅਸੀਂ ਫਿਰ ਵੀ ਫ੍ਰੀ 'ਚ ਇਲਾਜ ਕਰਾਂਗੇ। ਜਿੰਨੇ ਵੀ ਤੁਹਾਨੂੰ ਮਰੀਜ਼ ਮਿਲਦੇ ਨੇ, ਠੀਕ ਆ, ਗੋਲਡੀ ਵੀਰੇ ਨੂੰ ਮਿਲਦਾ, ਪਨੀਤ ਬਾਈ ਨੂੰ ਮਿਲਦਾ, ਮਨਦੀਪ ਵੀਰੇ ਨੂੰ ਮਿਲਦਾ, ਇਟਲੀਆਂ ਨੂੰ, ਕਿਸੇ ਨੂੰ ਵੀ ਆਈ ਥਿੰਕ ਕਿਸੇ ਵੀ ਸੰਸਥਾ ਵਾਲੇ ਨੂੰ ਮਿਲਦਾ ਵੀਰੇ। NRI ਵੀਰ ਵੀ ਮੈਂ ਕਹਿੰਦਾ ਬਾਈ ਉਹਦੇ ਨਾਲ ਸਿੱਧਾ ਸੰਪਰਕ ਕਰਕੇ ਤੁਸੀਂ ਪੈਸਾ ਜੋ ਵੀ ਭੇਜਣਾ, ਸੇਵਾ ਭੇਜਣੀਆਂ ਜੋ ਵੀ, ਉਹਦੇ ਨਾਲ ਗੱਲ ਕਰਕੇ ਉੱਥੇ ਮਰੀਜ਼ਾਂ ਨੂੰ ਭੇਜੋ, ਜਿਹੜਾ ਮਰੀਜ਼ ਦਾ ਕੰਮ ਆ। ਹਾਂ, ਜੇ ਤੁਸੀਂ ਇਹੀ ਗੱਲ ਦੀ ਲੜਾਈ ਤੁਸੀਂ ਮੁਕਾਉਣਾ ਚਾਹੁੰਦੇ ਹੋ, ਠੀਕ ਆ, ਚਲੋ ਆਪਾਂ ਕਹਿੰਦੇ ਹਾਂ ਵੀ ਗੋਲਡੀ ਵੀਰੇ ਉਹਨਾਂ ਨੂੰ ਤੁਸੀਂ ਅੱਜ ਤੱਕ ਜੋ ਦਿੱਤਾ ਜਾਂ ਨਾ ਕਰਿਆ ਮੈਨੂੰ ਆਈ ਥਿੰਕ ਮੈਨੂੰ ਨਹੀਂ ਪਤਾ, ਪਰ ਜਿੱਥੇ ਤੱਕ ਮੈਨੂੰ ਪਤਾ ਵੀਰੇ ਬਾਈ ਉਹ ਆਪਦਾ ਘਰ ਬਾਰ ਛੱਡ ਕੇ ਸਾਰੇ ਜਣੇ ਭੱਜੇ ਫਿਰਦੇ ਨੇ, ਠੀਕ ਆ, ਠੀਕ ਆ, ਉਹ ਸੇਵਾ ਕਰ ਰਹੇ ਨੇ ਬਾਈ, ਕੰਮ ਕੀਤੇ ਨੇ ਜਿੰਨੇ ਕੀਤੇ ਨੇ ਸਾਰਿਆਂ ਨੂੰ ਪਤਾ, ਠੀਕ ਆ, ਅਤੇ ਬਾਈ ਉਹਦੇ ਕੋਲ ਲੈ ਕੇ ਜਾਓ, ਠੀਕ ਆ। ਉਹ ਇਹ ਕੰਮ ਉਹ ਸਾਂਭੂਗਾ ਜਿਹੜੇ ਤੁਹਾਡੇ ਹੋਸਪਿਟਲਾਂ ਵਾਲੇ ਕੰਮ ਆ, ਉਹ ਸੇਵਾ ਕਰਦਾ, ਉੱਥੇ ਲੈ ਕੇ ਜਾਓ ਸਾਰੇ ਜਣੇ, ਉਹ ਵੀ ਇੱਕ ਗਰੀਬ ਬੰਦਿਆਂ ਦੀ ਹੈਲਪ ਕਰਦਾ ਵੀਰ। ਜਿੰਨੇ ਵੀ ਮੇਰੇ ਵੀਰ ਭਰਾ ਨੇ ਗੱਗੂ ਬਾਈ ਦੇ ਹੋਸਪਿਟਲ ਦੇ ਵਿੱਚ ਲੈ ਕੇ ਜਾਓ, ਜਿੰਨੇ ਮਰੀਜ਼ ਨੇ। ਜਿਹੜਾ ਹੈਗਾ ਤੁਹਾਡਾ ਦੂਜਾ ਕੰਮ, ਉਹ ਤੁਸੀਂ ਜਿਵੇਂ ਸੇਵਾ ਚੱਲੀ ਜਾਂਦੀ ਆ ਬਾਈ, ਘਰ ਦਾ ਕੰਮ ਆ, ਆਪਦੀ ਦੱਬੀ ਰੱਖੋ ਸੇਵਾ ਯਾਰ, ਕੁਛ ਨਹੀਂ ਹੁੰਦਾ ਵੀਰੇ, ਦਿਲ ਨਹੀਂ ਛੋਟਾ ਕਰਨਾ ਮੇਰਾ ਵੀਰ। ਨਾਲੇ ਚੰਗਾ ਤਾਂ ਇਹਨੂੰ ਇੱਥੇ ਕਿਸੇ ਨੂੰ ਨਹੀਂ ਕਹਿੰਦੇ, ਚੰਗਾ ਇੱਥੇ ਕਿਸੇ ਨੂੰ ਨਹੀਂ ਕਹਿੰਦੇ, ਅਸੀਂ ਜਿਹੜੇ ਵੀਰ ਸੇਵਾ ਕਰਦੇ ਉਹਨਾਂ ਨੂੰ ਸਲੂਟ ਕਰਦੇ ਹਾਂ, ਅਤੇ ਬਾਬੇ ਨਾਨਕ ਅੱਗੇ ਅਰਦਾਸ ਕਰਦੇ ਕਿ ਸਤਿਗੁਰੂ ਇਹਨਾਂ ਸਮਾਜ ਸੇਵੀ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ਣ, ਜਿਨ੍ਹਾਂ ਨੇ ਯਾਰ ਰੌਲਾ ਪਾਉਣਾ ਪਾਈ ਜਾਓ, ਕੋਈ ਪ੍ਰਵਾਹ ਨਹੀਂ ਹੈ, ਉਹ ਤਾਂ ਅੱਜ ਵੀ ਦੱਬੀ ਫਿਰਦਾ, ਕਿਉਂ ਬਾਈ ਪ੍ਰੀਤ ਸਿੰਘ? ਹਾਂ, ਉਹ ਅੱਜ ਵੀ ਹਟ ਨਹੀਂ ਰਿਹਾ, ਠੀਕ ਆ, ਚਲੋ ਹੁੰਦਾ ਦੁੱਖ ਹੁੰਦਾ ਵੀਰੇ, ਕਿਤੇ ਨਾ ਕਿਤੇ ਮਨ ਟੁੱਟਦੇ ਨੇ ਵੀ ਯਾਰ ਅਸੀਂ ਇੰਨੀ ਅਸੀਂ ਸੇਵਾ ਕਰ ਰਹੇ ਹਾਂ ਨਾ, ਫਿਰ ਵੀ ਸਾਨੂੰ ਚੰਗਾ ਮਾੜਾ ਬੋਲ ਰਹੇ ਨੇ। ਹਾਂ, ਵੀਰ ਉਹਨੂੰ ਫੋਨ ਲਾਉਂਦਾ, ਠੀਕ ਆ, ਕਹਿੰਦਾ ਬਾਈ ਜੀ ਜਿਨ੍ਹਾਂ ਜਿਨ੍ਹਾਂ ਨੇ ਪੈਸਾ ਭੇਜਿਆ, ਚਲੋ ਮੈਂ ਗੋਲਡੀ ਵੀਰੇ ਉਹਨਾਂ ਨੂੰ ਵੀ ਕਹਿੰਦਾ ਵੀਰੇ, ਚਲੋ ਕਈ ਵਾਰੀ ਪਤਾ ਕੀ ਗੱਲ ਹੁੰਦੀ ਆ ਬਾਈ, ਕਈ ਵਾਰੀ ਨਹੀਂ ਆਪਾਂ ਨੂੰ ਇਹ ਚੀਜ਼ ਦੇ ਦਿਮਾਗ ਦੇ, ਜਦੋਂ ਆਪਾਂ ਇਹ ਚੀਜ਼ ਦੇ ਵਿੱਚ ਚੱਲ ਪੈਂਦੇ ਨਾ, ਜਦੋਂ ਬੰਦਾ ਨਵਾਂ ਨਵਾਂ ਇਹ ਚੀਜ਼ ਦੇ ਵਿੱਚ ਲੱਗਦਾ, ਕਈ ਵਾਰੀ ਨਹੀਂ ਪਤਾ ਹੁੰਦਾ ਵੀ ਆਪਣੇ ਨਾਲ ਆਹ ਚੀਜ਼ ਹੋ ਜਾਣੀ ਹੈ ਯਾਰ, ਵੀ ਆਪਾਂ ਨੂੰ ਇਹ ਚੀਜ਼ ਦਾ ਹਿਸਾਬ ਕਿਤਾਬ ਵੀ ਰੱਖਣਾ ਚਾਹੀਦਾ ਯਾਰ, ਲਿਖਣੇ ਚਾਹੀਦੇ ਨੇ ਪੈਸੇ ਜਾਂ ਐਂ ਕਰਨਾ ਚਾਹੀਦਾ, ਠੀਕ ਆ, ਲਿਖੇ ਹੋਣਗੇ ਵੀਰਾਂ ਹੋਣਾ ਕੋਲੇ। ਪਰ ਮੈਂ ਕਹਿੰਦਾ ਵੀ ਜੇ ਮੈਂ ਉਸ ਜਗ੍ਹਾ 'ਤੇ ਮੈਂ ਵੀ ਹੁੰਦਾ ਬਾਈ, ਮੈਂ ਵੀ ਆਪਦੇ ਹਿਸਾਬ ਨਾਲ ਖੁਸ਼ੀ ਖੁਸ਼ੀ ਉਹ ਚੀਜ਼ ਦੀ ਸੇਵਾ ਕਰਦਾ ਵੀ ਯਾਰ, ਮੇਰੇ ਨਾਲ ਤਾਂ ਸਾਰੇ ਮੇਰੇ ਰੱਬ ਵਰਗੇ NRI ਵੀਰ ਜੁੜੇ ਹੋਏ ਨੇ, ਹੈ ਨਾ, ਵੀ ਮੈਂ ਤਾਂ ਯਾਰ ਕਰੀ ਜਾਵਾਂ, ਮੈਂ ਮੇਰੇ ਮਨ 'ਚ ਹੀ ਨਹੀਂ ਮੈਲ ਕੋਈ, ਠੀਕ ਆ, ਠੀਕ ਆ। ਉਹ ਚੀਜ਼ ਹੋ ਵੀ ਸਕਦੀ ਆ ਵੀ ਸ਼ਾਇਦ ਉਹਨਾਂ ਦੇ ਨਾਂ ਵੀ ਲਿਖੇ ਹੋਣ ਉਹ ਚੀਜ਼ਾਂ, ਕਿਉਂਕਿ ਵੀਰੇ ਆਪਾਂ ਨੂੰ ਵਿਸ਼ਵਾਸ ਹੁੰਦਾ, ਹੈ ਨਾ, ਆਪਾਂ ਨੂੰ ਇਹ ਹੁੰਦਾ ਵੀ ਯਾਰ ਆਪਾਂ ਨੂੰ ਕਿਹੜਾ